ਸਮੇਂ ਤਾਂ 500 ਰੁਪਏ ਲਾਉਂਗੇ। 500 ਰੁਪਏ ਵੀ ਜ਼ਿਆਦਾ ਨਹੀਂ ਤੇ ਹੋਰ ਜੀ ਚੱਜ ਸੇ ਹੈ ਰੁਪਏ 300 ਰੁਪਏ ਦੇ 300 ਰੁਪਏ ਨਹੀਂ ਸਹੀ ਸਹੀ ਤੁਹਾਨੂੰ ਪਤਾ ਤਾਂ ਹੈਗਾ ਸਾਰੇ ਸੂਟ ਮੈਂ ਤੁਹਾਡੇ ਤੋਂ ਸਵਿਆਉਣੀ ਆ ਤੇ ਆ ਵੀ ਸੂਟ ਤੁਹਾਡੇ ਤੋਂ ਬਣਵਾਇਆ ਸੀ ਬਹੁਤ ਸੋਹਣੀ ਫਿਟਿੰਗ ਸੀ ਫਿਟਿੰਗ ਤਾਂ ਫਿਰ ਮੈਂ ਹੀ ਕਰਦਾ ਜੀ ਤੇ ਚੱਲ ਤੁਸੀਂ ਐਂ ਕਰੋ 150 ਰੁਪਏ ਦੇ ਜੋ ਜੀ ਦੇਖੋ ਬਾਲੀ ਬਾਲੀ ਜਰਾ ਸਹੀ ਸਹੀ ਰੇਟ ਲਾ ਲਓ ਤੁਹਾਡੇ ਹੱਥ ਦਾ ਮੈਨੂੰ ਸੂਟ ਬਣਾਇਆ ਬਹੁਤ ਸੋਹਣਾ ਲੱਗਦਾ ਹੈ ਚੱਲ ਤੁਸੀਂ ਐਂ ਕਰੋ ਜੀ ਫਿਰ 50 ਰੁਪਏ ਦੇ ਦਿਓ ਇਹ ਦੁਕਾਨ ਤਾਂ ਨਹੀਂ ਹੋ ਸਕਦਾ ਦੇਖੋ ਜੀ 37 ਜਮਾ ਸਹੀ ਕਰ ਦਈਏ ਫਿਰ ਜਮਾ ਸਹੀ ਠੀਕ ਹੈ ਜੀ ਇੱਥੇ ਬੰਨੋਗੇ ਹਾਂਜੀ ਚਲੋ ਠੀਕ ਹੈ 37 ਹੋ ਗਈ ਠੀਕ ਹੈ ਜੀ ਆਏ ਹਾਏ ਛੱਡ ਦੋ ਜੀ ਤੇ ਹੁਣ ਤੁਸੀਂ ਐਂ ਕਰੋ ਮੇਚਾ ਛੋਟਾ ਪੂਰਾ ਹੋ ਗਿਆ ਤੇ ਕੱਲ੍ਹ ਮੈਂ ਸੂਟ ਫੜ ਕੇ ਲੈ ਜਾਵਾਂ ਦੁਕਾਨ ਤੋਂ ਠੀਕ ਹੈ ਤੇ ਤੁਸੀਂ ਨੇ ਲਿਖਿਆ ਤਾਂ ਹੈ ਨਹੀਂ ਮੇਚਾ ਦਿਮਾਗ ਅੱਜ ਤੱਕ ਇਹ ਤਾਂ ਸੋਨੂੰ ਮੈਨੂੰ ਮੇਚਾ ਤਾਂ ਲੈਣਾ ਪੈ ਗਿਆ ਤਾਂ ਕੋਈ ਕਮੀ ਬੇਸੀ ਨਾ ਰਹੇ ਨਹੀਂ ਤਾਂ ਦਿਮਾਗ 'ਚ ਫਟ ਕਰ ਲਈ ਮੈਂ ਮੇਚਾ ਦਾ ਫਿਰ ਇਹ ਤਾਂ ਅਸੀਂ ਮਿਲ ਲਿਆ ਸੀਗਾ ਤੁਹਾਨੂੰ ਗੜੀ ਗੜੀ ਨੂੰ ਓਹੋ ਤੇ ਫਿਰ ਹੁਣ ਇਹ ਤਾਂ ਦੱਸ ਦੋ ਕੱਲ੍ਹ ਨੂੰ ਸੂਟ ਫੜਾ ਜਾਓਗੇ ਕੱਲ੍ਹ ਤੁਸੀਂ ਆ ਜਾਓ ਚਾਹੇ ਮੈਂ ਫੜਾ ਜੂਗਾ ਠੀਕ ਹੈ ਜੇ ਮੈਨੂੰ ਲੋਟ ਲੱਗਿਆ ਤਾਂ ਮੈਂ ਫੜਾ ਜੂ ਨਹੀਂ ਤੁਸੀਂ ਫੜਾ ਆ ਜਾਓ ਠੀਕ ਹੈ ਆਉ ਵੀ ਆਉ ਹੋਰ ਬਈ ਚਾਹ ਪਾਣੀ ਮੰਗਾਈ ਬਸ ਬਈ ਯਾਰ ਚਾਹ ਹੋ ਕੀ ਗੱਲ ਕਿ ਮਿੱਟੀ ਲੈ ਮੁਗਰੀ ਫਿਰਦੇ ਹੋ ਬਈ ਦਾਦੀ ਮਰਜੀ ਯਾਰ ਮੇਰੀ ਉਹ ਫਿਰ ਇਹਦਾ ਖੁਸ਼ੀ ਦੀ ਗੱਲ ਆ ਮੈਂ ਜਲਦੀ ਆ ਇਹ ਜਿਹੜਾ ਦੀ ਖੁਸ਼ੀ ਦੀ ਗੱਲ ਆ ਓਏ ਕੀ ਕਰਾਂ ਯਾਰ ਵਿਆਹ ਦੇ ਪ੍ਰੋਗਰਾਮ ਬੜੇ ਹੁੰਦੇ ਆ ਮੈਨੂੰ ਹੋ ਗਿਆ ਕਿ ਤੇ ਵੀ ਖੁਸ਼ੀ ਵਾਲੀ ਗੱਲ ਚੱਲ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਕੰਮ ਦੱਸੋ ਕੀ ਹੈ ਕੰਮ ਤਾਂ ਤੁਹਾਨੂੰ ਪਤਾ ਹੀ ਆ ਯਾਰ ਕਿਹੜੇ ਆਏ ਤੇਰੇ ਕੋਲੇ ਹੁਣ ਹਾਂ ਦਾਦੀ ਦਾ ਹੋ ਗਈ ਸਵਰਗਵਾਸ ਪਤਾ ਲੱਗ ਗਿਆ ਪਤਾ ਮੈਨੂੰ ਠੀਕ ਹੈ ਉਹ ਵਿਆਹ ਅਰਜਾ ਕਰਦੇ ਹੁੰਦਾ ਕੱਪੜੇ ਲੀੜੇ ਦਾ ਉਹ ਤੂੰ ਦੇਖ ਲਈ ਯਾਰ 2 ਘੰਟਾ ਬਾਅਦ ਚਾਹੀਦਾ ਸਾਨੂੰ ਸੰਸਕਾਰ ਕਰਨਾ ਦਾਦੀ ਦਾ ਅੱਛਾ ਹਾਂ ਤੇ ਕੱਪੜਾ ਫਰੇਗਾ ਆਪਣੇ ਕੋਲੇ ਕੱਪੜਾ ਤਾਂ ਤੇਰੇ ਕੋਲੇ ਹੋਊਗਾ ਅਸੀਂ ਕਿ ਲਿਆ ਕੇ ਦੇ ਦਿੰਦੇ ਆ ਤੈਨੂੰ ਜੇ ਵਾਲੀ ਨਾ ਨਾ ਕੋਈ ਚੱਕਰ ਨਹੀਂ ਹੈਗਾ ਆਪਣੇ ਕੋਲੇ ਹੈਗਾ ਹਾਂ ਦੇ ਦਾਂਗੇ ਵਾਹ ਫਿਰ ਤੂੰ ਕਰਦੀ ਯਾਰ ਹਾਂ ਕੋਈ ਗੱਲ ਕਦੋਂ ਕ ਲਈਏ ਫਿਰ ਕਿਹੜਾ ਆਇਆ ਦੱਸੋ ਪਹਿਲਾਂ ਮੈਂ ਦੱਸੋ ਪਟਿਆਲਾ ਸਾਈ ਜੋ ਨਾ ਤਾਂ ਦੂਜਾ ਦਰਜਾ ਕੀ ਗੱਲ ਕਰੀ ਇਹਨਾਂ ਨੂੰ ਪਟਿਆਲਾ ਸਾਈ ਸੂਟ ਨੂੰ ਦੱਸ ਕਿਹੜਾ ਵਿਆਹ ਤੇ ਜਾਣਾ ਬੁੜੀ ਤੇ ਪਾਉਣਾ ਮਰੀ ਦੇ ਯਾਰ ਹੱਦ ਵਾਲੀ ਕੀ ਗੱਲ ਹੈ ਤੇ ਓਏ ਮੈਨੂੰ ਪਤਾ ਵੀ ਪਹਿਲਾਂ ਤਾਂ ਕੋਈ ਨਹੀਂ ਸੇਵਾ ਕਰਦਾ ਬਾਅਦ ਤਾਂ ਮਰੇ ਬਾਅਦ ਤਾਂ ਕਿਤੇ ਕੋਸ ਕਿਤੇ ਕੋਸ ਬਾਕੀ ਆ ਪਟਿਆਲਾ ਸਾਈ ਸੇਵਣਾ ਹੋਵੇ ਓਏ ਦਰਜੀ ਆ ਤੂੰ ਉਹਦੇ ਕੰਮ ਦਾ ਕੰਮ ਰੱਖ ਓਏ ਤੂੰ ਕੱਪੜ ਸਿਉਂਗੇ ਦੇ ਸਾਨੂੰ ਵੱਡਾ ਆ ਪਟਿਆਲਾ ਸਾਈ ਦੀਵਾਰ ਦਾ ਛੋਟੇ ਮਰਜੀ ਆ ਮਤਲਬ ਕੱਪੜੇ ਸਿਉਣੇ ਆ ਉਹ ਸਾਨੂੰ 2 ਘੰਟੇ ਬਾਅਦ ਦੇ ਦੀ ਬਸ ਸਾਨੂੰ ਸੰਸਕਾਰ ਕਰਨਾ ਜੀ ਕੋਈ ਨਾ ਚੱਕਰ ਨਾ ਮੰਨੋ ਤੁਸੀਂ ਪੱਕੀ ਗੱਲ ਨਾ ਹੁਣ ਅਸੀਂ ਜਾਈਏ ਬੇਸ਼ੱਕ ਸੋਕੇ ਹਾਂ ਹਾਂ ਬਗ ਜੋ ਬਗ ਜੋ ਬਗ ਹੱਦਾ ਯਾਰ ਮੈਨੂੰ ਆਇਆ ਸੀ ਚੱਲ ਮੈਨੂੰ 2 ਰੁਪਏ ਬਣ ਜਾਣਗੇ ਜੇ ਪਟਿਆਲਾ ਸਾਈ ਸਿਉਂ ਦਿੰਦੇ ਚੱਲ ਕੋਈ ਨਾ ਅੱਜ ਕੰਮ ਵਧੀਆ ਚੱਲ ਰਿਹਾ ਯਾਰ ਗੱਲ ਕੀ ਹੈ ਉਹਦੀ ਕੁੜੀ ਦਾ ਨਾਲ ਚਾਹੁੰਦਾ ਸੀ ਨਾ ਯਾਰ ਸਾਹ ਉਹ ਰੋਜ਼ ਗਹਿੰਦੀ ਹੈ ਸੂਟ ਸਿਉਂਦੇ ਪਈ ਸਾਡੇ ਓਏ ਓਏ ਕਰ ਚਾਹ ਪਾਣੀ ਨੂੰ ਕਹਿ ਚਾਹ ਪਿਆ ਮਗੀ ਤੇ ਚਾਹ ਪਾਣੀ ਨਹੀਂ ਪੀਣਾ ਮੈਂ ਤਾਂ ਪੀ ਕੇ ਆਈਆਂ ਰੋਟੀ ਖਾ ਕੇ ਆਈਆਂ ਫੇਰ ਆਈਆਂ ਮੇਰੇ ਸੂਟ ਸਿਉਂ ਤੇ ਪਹਿਲਾਂ ਦੱਸ ਸੂਟ ਦਾ ਹੀ ਅਜੇ ਰਹਿੰਦਾ ਹੈ ਤੇ ਉਹੀ ਗੱਲ ਕਰਤੀ ਨਾ ਮੈਂ ਉਹਨਾਂ ਦੇ ਬਹੂ ਨੂੰ ਫੜਾਏ ਹੁੰਦੇ ਹੁਣ ਨੂੰ ਸਿਉਂ ਕੇ ਤਿਆਰ ਕਰ ਦਿੰਦੀ ਤੂੰ ਆਪ ਘਰੋਂ ਲੈਣ ਵਗ ਗਿਆ ਮੈਂ ਤਾਂ ਤੇਰੀ ਇੱਜ਼ਤ ਰੱਖਦੀ ਨਹੀਂ ਤੈਨੂੰ ਕਿਹੜਾ ਸੂਟ ਫੜਾਉਂਦਾ ਸੀ ਨਾ ਨਾ ਐਡੀ ਗੱਲ ਨਹੀਂ ਬਸ ਕੱਲ ਨਾ ਰਹਿ ਗਿਆ ਉਹਦਾ ਆਪਣੇ ਬਾਈ ਦੇ ਪੰਜਾਬ ਦੇ ਚ ਪਾਉਣਾ ਪਜਾਮੇ ਬਸ ਉਹ ਬਣਾ ਕੇ ਮੈਂ ਪਾ ਦੂੰਗਾ ਤੇ ਕੱਲ ਨੂੰ ਤਾਂ ਇੱਕ ਤਾਂ ਦਿਨ ਰਹਿ ਗਿਆ ਫੇਰ ਕੀ ਹੁੰਦਾ ਮੈਂ ਤਾਂ 2 ਘੰਟੇ ਦਾ ਕੰਮ ਆ ਪਤੀ ਆ 5 ਦਿਨ ਹੋ ਗਏ ਸੂਟ ਫੜਾਏ ਨੂੰ ਉਹਦੇ ਦਾ ਤਾਂ ਸੰਤਾਂ ਨਹੀਂ 2 ਘੰਟੇ ਦਾ ਕਿੱਥੇ ਕੰਮ ਪੂਰਾ ਕਰ ਦੇਗਾ ਤੂੰ ਪਰ ਨਹੀਂ ਨਹੀਂ ਮੈਂ ਕਰਦਾ ਰਿਆ ਸੋਡੇ ਉਹ ਕਰੀ ਜਾਓ ਮੇਰੀ ਗੱਲ ਸੁਣ ਲੈ ਧਿਆਨ ਨਾਲ ਸੂਟ ਤਿਆਰ ਕਰਦੀ ਨਹੀਂ ਤੇਰੇ ਨਾਲ ਉਹ ਹੁਣ ਜਿਹੜੀ ਕੀਤੀ ਦਾ ਨਾਂ ਨਾ ਹੋਇਆ ਤੈਨੂੰ ਉੱਤੇ ਹੀ ਮੇਰੀ ਗੱਲ ਕਹੀ ਆ ਤੂੰ ਘਬਰਾ ਨਾ ਬਾਈ ਓਏ ਤੈਨੂੰ ਮੈਂ ਕੀ ਗੱਲ ਪਾਣੀ ਫੜਾ ਲੈ ਆ ਬੇ ਫਿਰ ਇਹਨੇ ਪਾਣੀ ਮੈਨੂੰ ਨਹੀਂ ਚਾਹੁੰਦਾ ਪਾਣੀ ਪੀ ਗਈ ਨਾ ਮੈਂ ਤਾਂ ਸਭ ਕੁਝ ਆਏ ਗਏ ਜੀ ਜਿੱਦ ਕਰਿਆ ਕਰੋ ਇੱਜ਼ਤ ਦਾ ਨਹੀਂ ਪਤਾ ਮੈਂ ਤਾਂ ਕੱਪੜੇ ਚਾਹੀਦੇ ਨੇ ਕੱਪੜੇ ਸਿਉਂ ਕੇ ਦੇ ਦੇ ਸਾਡੇ ਵਿਆਹ ਆਈ ਜਾਂਦਾ ਤੂੰ ਤਾਂ ਸ਼ਰਮ ਲਾ ਰੱਖੀ ਆ ਨਾ ਮੇਰੀ ਗੱਲ ਸੁਣ ਐ ਦੱਸ ਵਿਆਹ ਦੇ ਕਿੰਨੇ ਦਿਨ ਰਹਿ ਗਏ ਬੇ ਤੇਰਾ ਦਿਮਾਗ ਆ ਕੀ ਆ 50 ਵਾਰੀ ਦੱਸਦਾ ਤੈਨੂੰ ਵੀ ਕੱਲ ਦਾ ਦਿਨ ਸਾਨਾ ਪਾਸੋਂ ਨੂੰ ਸਾਡੇ ਵਿਆਹ ਮਤਲਬ ਤੇ ਵੀ ਦੇਖਣ ਦੇ ਨਾਲ ਸੁਣੋ ਵੀ ਹਟ ਗਿਆ ਵੀ ਗੁੱਜਰ ਜਾਂ ਤੇ ਤਾਂ ਜ਼ਮੀਨ ਆ ਪੜਾ ਹੈਗੀ ਤੂੰ ਮੇਰੀ ਗੱਲ ਸੁਣ ਠੀਕ ਹੈ ਕੱਲ ਦਾ ਦਿਨ ਰਹਿ ਗਿਆ ਹਾਂ ਤੈਨੂੰ ਕੱਪੜੇ ਮਿਲ ਜਾਣਗੇ ਠੀਕ ਹੈ ਤੂੰ ਮੇਰਾ ਦਿਮਾਗ ਆ ਗਾ ਤੇ 5 ਦਿਨ ਤਾਂ ਹੋ ਗਏ ਸੂਟ ਨਹੀਂ ਸਿਉਂਦਾ 2 ਦਿਨਾਂ ਚ ਤੇ ਕਿਤੇ ਹੋਰ ਨਾ ਕੁਝ ਕਰਦੇ ਜਰਾ ਬੁੜੀ ਵੀ ਆਉਂਦੀ ਆ ਯਾਰ ਮੈਂ ਲੋਕਾਂ ਨੇ ਬੁੜੀ ਛੇੜਦੀ ਉਹ ਮੇਰੀ ਗੱਲ ਸੁਣ ਲੈ ਕਦੋਂ ਦੀ ਇਹ ਦੁਕਾਨ ਸੱਤੇ ਚੱਕ ਰੱਖੀ ਆ ਕੀ ਸਿਰ ਤੇ ਦੁਕਾਨ ਚੱਕਦੀ ਜੇ ਤੈਨੂੰ ਕਿਸੇ ਕੱਪੜੇ ਸਿਉਂਦੇ 5 ਦਿਨ ਹੋ ਗਏ ਤੇਰੇ ਕੱਪੜੇ
बैठ मेरी गल सुन की भाई यार पुछना सड़ता ही जा पुछना ओए पाए कर ठंडा ले दुकान तो बड़ा कोई ठंडा कुछ नहीं पीना रे मैं मेरा सूट फड़ा दे रे ओ कोई ना छोटा सूट से आदांगे ठंडे ले पाड़े ठंडे ले पा पुछना कर ओ तू ले पानी पिला पानी 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 पीना पानी 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 पीना भाई मैं कहीं ने सूट से मैं सूट से तड़ी करने लग गया उत्ते तू ना कोई नहीं मैं छोटा सूट से हूं ठीक है सूट तो सोनेगा चज नाल सोनी हूं सूट काले किते घूम पड़ते चक्कर ना मनो कोई ना सिर्फ 35 बार पाऊंगा यार की ठीक है जरा 35 पाऊं मैं 500 नु तड़की आऊंगी 6 बजे में सूट तैयार करती ठीक है हां मैं बस कर ही बनाऊं बस कर कर हां करे बनाएं के मर्जी करे सारे सूट तैयार कर दी बस मैं हुन बनाया ना तने घंटे तक मरवाते तू परसों नु लै जी है नहीं हले पैसे मैं तो पैसे अज ही लेके जाऊं आ बैठा मैं तो ल चंगा सूट तो देख लेन दे कहे जे देख ला सूट देख ला सोनी पे संती पूरे है जमाया बना दे हाय बे भैया की जुलूस करता ले उच्चा कुड़ चा संता मैं तो तेरी करतूत दा पहली पता सी ए मैनु ए लगदा भी मुंडे ने जरा सोना भुल गए मुंडा नहीं सोना भुल गया तेरी नहीं चज नाल संते ਚਾ ਕੋਈ ਨਾ ਮੈਂ ਠੀਕ ਕਰ ਪੈਸੇ ਪੂਸੇ ਨਹੀਂ ਮਿਲਦੇ ਆ ਚੱਕ ਫੜ ਸੂਟ ਉਹ ਜੀ ਚਾਹੀਦਾ ਮੈਂ ਤਾਂ ਬਿਨ ਸੁਣਤਾ ਦੇ ਦੇ ਮੈਂ ਤਾਂ ਕਿਸੇ ਹੋਰ ਤੋਂ ਸਮਾ ਲੂ ਕੋਈ ਨਾ ਤੂੰ ਗੁੱਸਾ ਨਾ ਕਰ ਮੈਂ ਗੁੱਸੇ ਗਾਸੇ ਵਾਲੀ ਗੱਲ ਨਹੀਂ ਤੂੰ ਸਿੱਧਾ ਹੋ ਕੇ ਸੂਟ ਲਿਆ ਦੇ ਮੈਨੂੰ ਉਹ ਜੇ ਉਹ ਤੁਸੀਂ ਮੇਰੀ ਗੱਲ ਤਾਂ ਸੁਣੋ ਮੈਂ ਤੁਸੀਂ ਕੋਈ ਗੱਲ ਨਹੀਂ ਸੁਣਦੀ ਅਗਰ ਤੁਰਦਾ ਲੱਗ ਚੱਲ ਜਾ ਆ ਕੱਪੜੇ ਵੀ ਚੱਕ ਨਾ ਕੋਈ ਗੱਲ ਨਹੀਂ ਸੁਣੀ ਤੇਰੀ ਉਹ ਮੇਰੀ ਗੱਲ ਤਾਂ ਚੱਲ सारी गल छड तू आ कपड़े की तो समाया देख लानी तेरा सूट किन्ना सोना सिमता रुड़ जाने ने सारे सूट खराब करके धरते तेरे सूट नु की करदा सूट ना बहुत सोना बनांदा नहीं जमी जखना बढ़ दंदा मेरे सूटा दी ओदे ते मैं ओ कीती जेड़ी कीती दा नाना होया हुन ओनु मैं ए गल कहिया मेरे दा सूट मोड़ के जा एही जी सूट लिया के दे करके दित्ता सूट ए दा नहीं उच्चे कुड़चे सोंते मुरो ते उच्ची सोंते पिछो कुड़ते इन्नी नीमी सोंते तू पैसे किन्ने दिनी आ नहीं पैसे ओ मेरे ते 500 रुपया समाई लैंदा अच्छा ठीक आ क्यों तेरे तो किन्ने पैसे लैंदा ਸਾਡੀ ਤਾਂ ਘਰ ਵਾਲੀ ਗੱਲ ਆ ਕਦੇ ਪੈਸੇ ਘੱਟ ਦੇ ਦਿੰਨੀ ਆ ਕਦੇ ਵੱਧ ਦੇ ਦਿੰਨੀ ਆ ਅੱਛਾ ਫਿਰ ਤੇਰੇ ਤੋਂ ਘੱਟ ਪੈਸੇ ਕੋ ਲੈਂਦਾ ਉਹ ਤੈਨੂੰ ਸਾਰੀ ਗੱਲ ਮੈਂ ਦੱਸਦੀ ਆ ਨਹੀਂ ਕੀ ਦੱਸੇਗੀ ਤੂੰ ਮੈਨੂੰ ਦੱਸਦੀ ਆ ਪਹਿਲੀ ਗੱਲ ਤਾਂ ਇਹ ਉਹ ਇੱਕ ਨੰਬਰ ਦਾ ਠੜਕ ਭੋਰ ਬੰਦਾ ਹੈ ਤੂੰ ਮਾਇਆ ਠੜਕ ਭੋਰ ਦਿਆ ਕਰ ਦੇਖ ਤੇਰੇ ਸੂਟ ਕਿੰਨੇ ਸੋਹਣੇ ਬਣਾ ਬਣਾ ਦਿੰਦਾ ਅੱਛਾ ਆ ਗੱਲ ਆ ਮੈਨੂੰ ਨਹੀਂ ਸੀ ਪਤਾ ਹੈਗਾ ਉਹਦੀ ਕਰਤੂਤ ਦਾ ਵੀ ਆਹ ਬੇਕਰਤੂਤਾ ਉਹ ਤਾਂ ਬਸ ਮਾਰੇ ਠੜਕ ਭੋਰ ਦੇਖ ਤੇਰੇ ਸੂਟ ਤੇ ਵੱਟ ਕੱਢ ਦਿੰਦਾ ਨਹੀਂ ਮੇਰੀ ਗੱਲ ਸੁਣ ਅੱਜ ਦਾ ਤੇਰਾ ਬਾਈ ਆਉਣ ਵਾਲਾ ਹੋ ਰਿਹਾ ਨਾਲੇ ਹੱਥ ਹੋ ਰਿਹਾ ਕੱਲ ਨੂੰ ਚੱਲਦੇ ਆ ਆਪਾਂ ਚੱਲ ਪਰ ਮੈਂ ਤਾਂ ਸੂਟ ਚਾਹੀਦਾ ਸੀ ਕੋਈ ਨਾ ਕੱਲ ਨੂੰ ਬਾਕਚਰ ਲਾਉਂਗੀਆਂ ਹੋਰ ਦੱਸ ਚਾਹ ਪਾਣੀ ਬਸ ਫਿਰ ਮੈਂ ਫੋਨ ਤੇ ਗੱਲ ਕਰ ਲੈਣੀ ਆ ਹਾਂ ਫੋਨ ਤੇ ਗੱਲ ਕਰ ਲੈ ਉਹਦੇ ਨਾਲ ਫੋਨ ਤੇ ਕਹਿ ਦੇ ਜੇ ਫੜਾ ਜੂਗਾ ਨਹੀਂ ਕੱਲ ਨੂੰ ਪੱਕਾ ਚੱਲਾਂਗੀਆਂ ਆਪਾਂ ਚੱਲ ਠੀਕ ਆ ਚੱਲ ਚੱਲ ਮੈਂ ਤਾਂ ਪਤੀ ਨਹੀਂ ਸੀ ਉਹਦੀ ਕਰਤੂਤ ਦਾ ਟਿੱਡਾ ਜਾਂ ਨੇ ਆ ਵੀ ਲੱਛਣ ਕਰਦਾ ਉਹ हेलो हाँ जी भाई ओ जेड़ी तू बूट कट आ जेड़ी कहंदा सीगा बूट कट केड़ी बल बटन जी हां हां ओ यार भाई गल आया हो गई यार मैथों ना पजामी सुती गई यार ते ओ मैं हुन सेट करके तेनु फेर करदा फोन चंगा तू कर दे बंदरा मैं करू पहला जावे
कोई ना बस तू घर तेरे कर दी मैं तो भुलेखे ना पजामी चौंती गई की करा ओ नहीं नहीं इधर की गल क्या करते बस तू घंटे का जी करा छोटी बस घंटे तक आ जी चंगा यार हूँ हद होंगी है यार थां तक होर भी कपड़े देखे हूँ तेरे कितों दे दिए पाइए चल के ना उन्होंने मुड़ी जी का सूट कढ़ के इतों पाल के कड़ा चवी उन्होंने कि लाल नहीं वधिया लगू यार उन्होंने बुढ़ी ने मैं कहना यार काला सौ दिने यार सरों खुला वाह सोना लगू हाँ वो सौ कोई तो मेरे नाल जाता नहीं गा चल मैं फोन मार के पूछ लैनी हाँ सूट की पता फड़ाए जान तो मेरे जान का की फायदा फिर हैलो हैलो हाँ जी पहचान लिया मैनू हाँ जी मैं तो आवाज ही पहचान ली अच्छा जी तो मैं कह रही थी मेरा सूट बनाता हाँ जी सूट जो बने पे तो फिर फड़ा जाते सूट दर्जे करती मेरी पेंट ठीक तेरी पेंट थोड़ी जी रहेगी बन के और गल फिर करती मैं ब्याह खड़े मेरे घर से यार कोई गल नहीं फिर क्यों भरजाई को फिर वग जी तू मैं पहला ना आता मैं होर तो संभाल फिर बना के भी तेरे कोका पीस दू देख ला भाई यार ओ भाई कोई गल नहीं तेरी तो पेंट ही आ ओ यार दर्जी आ थोड़ा काम करता के ना ओ यार थोड़ा थोड़े बाहर है अपनी बेबे की सलवार च ओए पिछले पूछड़ा है ना काम कपूर वाली की गल है ते ओ गरदाज बाल पाई यार तू इस सलवार च की बाल पाउनु करना जद तू ओ यार मेरी गल सुनो बेबे नु इधर दी लेके जाओगे इधर दी रखेंगे हां बस फिर गल खत्म इधर दी लेके जाओगे बेबे दे उत्ते कपड़े चेंज करा दे इधर आके रात कौन रखता बुड़ी नानके मरी पई है रख दे क्यों नहीं मेरे बापू ने सारी रात रखी सी हाँ जी भाई सारे सत श्रीकाल हमने हमने तुम अपनी वीडियो देख ही लेती है तो वीडियो जो सू भाई वधिया लगती है तो लाइक कमेंट जरूर करो कमेंट च रह भी दो तो कमी बेसी भी वो तो हो ही जाती है ना तो जरूर दस्यो तुसी तो दूजी गल अपने चैनल को सबसक्राइब कर लो क्योंकि होर वीडियो देखने लिये तक पहुँच सके तो बैल आइकन दबा दो घंटी जी तो वीडियो में भाई बद तो बद शेयर कर दो ते एक नंबर दो अपने फेसबुक पेज वाले बेनती है भाई साडा पेज बनया हुआ फेसबुक पेज राजू मानसा वाला
ਅਤੇ ਬਈ ਦੂਜੇ ਪੇਜਾਂ ਵਾਲਿਆਂ ਨੂੰ ਬੇਨਤੀ ਹੈ ਵੀ ਸਾਡੀ ਵੀਡੀਓ ਨਾ ਪਾਈ ਜਾਵੇ। ਇੱਕ ਇੱਕ ਪੇਜ 'ਤੇ ਅਸੀਂ ਸਟਰੈਕ ਮਾਰ ਚੁੱਕੇ ਹਾਂ ਅਤੇ ਦੂਜੇ ਨੂੰ ਅਸੀਂ ਵਾਰਨਿੰਗ ਦੇ ਦਿੰਦੇ ਹਾਂ, ਬਾਅਦ 'ਚ ਲਾਂਭਾ ਨਾ ਦਿਓ ਬਈ, ਮਿੰਨਤ ਵਾਲੀ ਗੱਲ ਹੁਣ ਬੇਨਤੀ ਨਾਲ ਕਹਿ ਰਿਹਾ ਵੀ ਸਾਡੀ ਵੀਡੀਓ ਨਾ ਪਾਈ ਜਾਵੇ ਬਾਈ, ਠੀਕ ਹੈ। ਅਤੇ ਇੱਕ ਬਾਈ ਤੀਜੀ ਗੱਲ ਹੋਰ, ਅਤੇ ਜਿਹੜੀ ਇਹ ਵੀਡੀਓ ਆ ਬਈ, ਸਾਰੇ ਇਹਦੇ 'ਚ ਜਿਹੜੇ ਪਾਤਰ ਆ ਕਾਲਪਨਿਕ ਹਨ ਨਾ, ਅਤੇ ਬਾਕੀ ਇਹ ਵੀਡੀਓ ਮਨੋਰੰਜਨ ਲਈ ਬਣਾਉਂਦੇ ਹਾਂ ਅਸੀਂ, ਕੋਈ ਕਿਸੇ 'ਤੇ ਲਾ ਕੇ ਜਾਂ ਹੋਰ ਇੱਦਾਂ ਦਾ ਕੋਈ ਸਾਡਾ ਆਉਣੀ ਹੁੰਦਾ ਵੀ ਅਸੀਂ ਕਿਸੇ 'ਤੇ ਲਾ ਕੇ ਬਣਾਈਏ। ਬਸ ਮੇਨ ਗੱਲ ਇਹੀ ਹੈ ਵੀ ਬਾਈ ਇੰਜੋਏ ਕਰਿਆ ਕਰੋ, ਸੀਰੀਅਸ ਨਾ ਲਿਆ ਕਰੋ, ਕਿਉਂਕਿ ਅਸੀਂ ਕਿਸੇ 'ਤੇ ਲਾ ਕੇ ਵੀਡੀਓ ਨਹੀਂ ਬਣਾਉਂਦੇ। ਅਤੇ ਬਾਕੀ ਅਗਲੀ ਵੀਡੀਓ ਦੇ ਮਿਲਦੇ ਹਾਂ ਬਹੁਤ ਹੀ ਜਲਦੀ।